ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਆਪਾਂ ਤੁਹਾਡੇ ਲਈ ਸਾਰੇ ਮਸਲੀਨ ਦੇ ਸੂਟ ਲੈ ਕੇ ਆਏ ਹਾਂ ਜ਼ਿਆਦਾਤਰ ਤੇ ਇਹ ਵਾਲਾ ਵੀ कॉटन मस्लिन ਚ ਲਾਈਨਿੰਗ ਵਾਲਾ ਸਟੱਫ ਹੈਗਾ ਇਹਦੇ ਤੇ ਵਾਲਾ ਕੀ ਰੇ ਦੇ ਕੇ ਰੇ ਉੱਪਰ ਡਿਜ਼ਾਈਨ ਪਾਇਆ ਇਹਦੇ ਨਾਲ ਜੁੱਤੀ ਵੀ ਆਪਾਂ ਪੇਂਟ ਕੀਤੀ ਹੈ ਇਹਦੇ ਨਾਲ ਟੈਬੀ ਦਾ ਦੁਪੱਟਾ ਹੈ ਟੈਬੀ ਦਾ ਪਿਓਰ ਟੈਬੀ ਦਾ ਦੁਪੱਟਾ ਹੈਗਾ ਤੇ ਇਹਦੇ 4 ਸਾਈਡ ਆਪਾਂ ਵੇਲਾ ਬਣਾਈ ਹੈ ਸ਼ਰਟ ਤੇ ਵਿੱਚ ਨਿੱਕੀ ਬੂਟੀ ਹੈ ਹਾਂਜੀ ਦੁਪੱਟੇ ਦੇ 4 ਸਾਈਡ ਇਸ ਤਰ੍ਹਾਂ ਵੇਲਾ ਬਣਾਈ ਹੈ ਇਹ ਟੈਬੀ ਦਾ ਦੁਪੱਟਾ ਮਸਲੀਨ कॉटन ਦਾ ਸੂਟ ਹੈ ਤੇ ਇਹਨਾਂ ਜੁੱਤੀ ਵੀ ਆਪਾਂ ਪੇਂਟ ਕੀਤੀ ਹੈ ਤੇ ਨੈਕਸਟ ਸੂਟ ਵੀ ਆਪਣਾ ਮਸਲੀਨ ਦਾ ਹੀ ਹੈ ਹਾਂ ਜੀ ਇਹ ਵੀ ਮਸਲੀਨ ਦਾ ਸੂਟ ਹੈ ਇਹ ਮੈਨੂੰ ਬਹੁਤ ਪਸੰਦ ਆਇਆ ਮੇਰਾ ਫੇਵਰਿਟ ਸੂਟ ਤੇ ਡਿਜ਼ਾਈਨ ਵੀ ਇਹ ਪਿੰਕ ਕਲਰ ਦਾ ਫਲਾਵਰ ਬਣਾਇਆ ਇਹਦੇ ਤੇ ਤੇ ਬਹੁਤ ਪਿਆਰਾ ਕਲਰ ਹੈ ਸੂਟ ਦਾ ਘੇਰੇ ਦੇ ਉੱਪਰ ਫਲਾਵਰ ਬਣਾਏ ਹੋਏ ਹੈ ਇਹਦੇ ਨਾਲ ਚਨੂਨ ਦਾ ਦੁਪੱਟਾ ਹੈ ਤੇ ਦੁਪੱਟੇ 'ਚ ਸਾਰੇ ਇਹ ਵਾਲੇ ਫਲਾਵਰ ਮਤਲਬ ਬਣਾਏ ਹੈਗੇ ਠੀਕ ਹੈ ਆ ਦੇਖੋ ਬਹੁਤ ਪਿਆਰਾ ਸੂਟ ਬਣਿਆ ਕਿਸੇ ਵੀ ਲੇਡੀ ਦੇ ਮਤਲਬ ਜੱਚੂਗਾ ਔਰ ਜਿਆ ਕਟੂਮਰ ਦੇ ਜਾਂ ਕੋਈ ਵੀ ਮਤਲਬ ਇਹ ਵਾਲਾ ਡਿਜ਼ਾਈਨ ਸਿੰਪਲ ਸੋਬਰ ਕੋਈ ਵੀ ਪਾ ਸਕਦੇ ਤੇ ਕਲਰ ਵੀ ਬਹੁਤ ਸੋਹਣਾ ਹੈ ਤੇ ਇੱਕ ਸੂਟ ਮਸਲੀਨ ਦਾ ਹੋਰ ਇਹ ਲਾਈਨਿੰਗ ਦੇ ਵਿੱਚ ਹੀ ਇਹ ਵਾਲੀ ਲ্যাਵੈਂਡਰ ਕਲਰ ਦਾ ਸੂਟ ਹੈ ਤੇ ਡਾਰਕ ਪਰਪਲ ਕਲਰ ਦਾ ਟੈਬੀ ਦਾ ਹੀ ਦੁਪੱਟਾ ਹੈ ਇਹਦੇ ਨਾਲ ਠੀਕ ਹੈ ਜੀ ਇਹ ਬਰਡਸ ਵਾਲਾ ਡਿਜ਼ਾਈਨ ਹੈ ਇਹ ਬਹੁਤ ਰਿਪੀਟ ਹੁੰਦਾ ਹੈ ਡਿਜ਼ਾਈਨ ਤੇ ਇਹਦੇ ਲਵੈਂਡਰ ਕਲਰ ਦਾ ਕੰਟਰਾਸਟ ਚ ਦੁਪੱਟਾ ਬਣਾਇਆ ਹੋਇਆ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਟਾਈਪੀ ਦਾ ਹੀ ਦੁਪੱਟਾ ਹੈ ਤੇ ਦੋਨਾਂ ਪੱਲਿਆਂ ਤੇ ਇਸ ਤਰ੍ਹਾਂ ਵੀ ਆਪਾਂ ਡਿਜ਼ਾਈਨ ਇਹ ਸੇਮ ਡਿਜ਼ਾਈਨ ਬਣਾਇਆ ਜਿਹੜਾ ਸ਼ਰਟ ਦੇ ਘੇਰੇ ਤੇ ਹੈਗਾ ਆ ਦੇਖੋ ਠੀਕ ਹੈ ਜੀ ਤੇ ਇੱਕ ਕਾਟਨ ਚ ਸੂਟ ਹੈ ਕੈਮਰੀ ਕਾਟਨ ਦਾ ਸੂਟ ਹੈਗਾ ਤੇ ਇਹਦੇ ਸਨਫਲਾਅਰ ਬਣਾਏ ਆਪਾਂ ਇਹਦੇ ਉੱਪਰ ਬਹੁਤ ਪਿਆਰਾ ਡਿਜ਼ਾਈਨ ਹੈ ਇਹਦੀ ਸ਼ਰਦਕੀ ਰੇਤੀ ਬਣਾਈ ਹੈ ਇਹਦੇ ਨਾਲ ਪਿਓਰ ਸ਼ਫੌਨ ਦਾ ਦੁਪੱਟਾ ਹੈਗਾ ਪੱਲਿਆਂ ਦੇ ਉੱਪਰ ਇਹਦੇ ਪੱਲੇ ਪੱਲਿਆਂ ਦੇ ਪੇਂਟ ਕੀਤਾ ਹੋਇਆ ਆ ਦੇਖੋ ਇਸ ਤਰ੍ਹਾਂ ਇਹ ਵੀ ਬਹੁਤ ਪਿਆਰਾ ਸਿੰਪਲ ਸੋਬਰ ਡਿਜ਼ਾਈਨ ਹੈਗਾ ਸ਼ਰਟ ਸ਼ਰਟ ਦੇ ਜਿਵੇਂ ਡਿਜ਼ਾਈਨ ਪਾਈ ਤਿੰਨ ਫਲਾਰ ਉਵੇਂ ਦੁਪੱਟੇ ਦੇ ਪੱਲਿਆਂ ਤੇ ਵੀ ਤਿੰਨ ਤਿੰਨ ਫਲਾਰ ਬਣਾਏ ਹੈਗੇ ਤੇ ਇਹਦੀਆਂ ਇਹਦੀ ਬਾਜੂ ਤੇ ਵੀ ਮਤਲਬ ਬਾਜੂ ਤਾਂ ਸਾਰਿਆਂ ਦੀ ਕੀਤੀ ਹੋਈ ਹੈ ਇਹਦੇ ਵੀ ਇਸ ਤਰ੍ਹਾਂ ਛੋਟਾ ਜਿਹਾ ਸੰਫਲਾਰ ਬਣਾਏ ਠੀਕ ਹੈ ਜੀ ਤੇ ਨੈਕਸਟ ਸੂਟ ਆਪਣਾ ਮਸਲੀਨ कॉटन ਦਾ ਹੀ ਹੈ ਇਹ ਫਰੌਕ ਹੈ ਆਪਾਂ ਤਿੰਨ ਫਰੌਕ ਰੈਡੀ ਕੀਤੀਆਂ ਹੋਈਆਂ ਠੀਕ ਹੈ ਬਹੁਤ ਪਿਆਰਾ ਕਲਰ ਹੈ ਇਹ ਵੀ ਨਿਓਨ येलो ਕਲਰ ਇਹ ਆ ਘੇਰੇ ਦੇ ਉੱਪਰ ਅਸਟਰ ਫਲਾਵਰ ਬਣਾਏ ਹੈ ਇਹ ਨੰਨਾਂ ਜੁੱਤੀਆਂ ਵੀ ਰੈਡੀ ਕੀਤੀਆਂ ਆ ਦੇਖੋ ਪੂਰਾ ਮਤਲਬ ਘੇਰੇ ਦੇ ਉੱਪਰ ਇਸ ਤਰ੍ਹਾਂ ਫਲਾ ਫਲਾਵਰ ਬਣਾਏ ਹੋਏ ਹੈ ਠੀਕ ਹੈ ਇਹਦੇ ਨਾਲ ਜੁੱਤੀ ਰੈਡੀ ਕੀਤੀ ਹੈ ਤੇ ਦੁਪੱਟਾ ਵੀ ਇਹਦਾ ਟੈਬੀ ਸਿਲਕ ਦਾ ਦੁਪੱਟਾ ਹੈਗਾ ਸੇਮ ਫੁੱਲ ਹੈਵੀ ਦੁਪੱਟਾ ਇਹਦੇ ਨਾਲ ਪੇਂਟ ਕੀਤਾ ਹੈ ਮਸਲੀਨ ਦਾ ਸੂਟ ਹੈ ਟੈਬੀ ਦਾ ਦੁਪੱਟਾ ਨਾਲ ਜੁੱਤੀ ਬਹੁਤ ਪਿਆਰਾ ਸੈਟੇ ਰੈਡੀ ਹੋਇਆ ਹੈ ਠੀਕ ਹੈ ਜੀ ਇਸ ਤਰ੍ਹਾਂ ਫੁੱਲ ਦੁਪੱਟਾ ਹੈਵੀ ਹੈ ਸਾਰੇ ਦੁਪੱਟੇ 'ਚ ਫਲਾਰ ਬਣਾਈ ਹੈ ਛੋਟੀ ਬੂਟੀ ਵੀ ਬਣਾਈ ਹੈ ਤੇ ਫਰੌਕ ਦੇ ਨੀਚੇ ਇਹ ਵਾਲੀ ਫਲਾਰ ਬਣਾਈ ਹੈ ਕੀ ਹਾਂਜੀ ਇੱਕ ਇਹ ਵਾਲੀ ਫਰੌਕ ਆਪਾਂ ਰੈਡੀ ਕੀਤੀ ਹੈ ਬੇਬੀ ਪਿੰਕ ਕਲਰ ਦੀ ਇਹ ਸਟੱਫ ਹੈਗਾ ਤੇ ਇਹ ਮਤਲਬ ਇਸ ਤਰ੍ਹਾਂ ਪੂਰਾ 5 ਮੀਟਰ ਫਰੌਕ ਦਾ ਘੇਰਾ ਆਪਾਂ ਪੇਂਟ ਕੀਤਾ ਹੈਗਾ ਇਹਦੇ ਨਾਲ ਜੁੱਤੀ ਵੀ ਰੈਡੀ ਕੀਤੀ ਹੈ ਓਪਨ ਜੁੱਤੀ ਹੈ ਤੇ ਵਿਦਆਊਟ ਦੁਪੱਟਾ ਹੈ ਇਹਦੇ ਨਾਲ ਦੁਪੱਟਾ ਉਹਨਾਂ ਨੇ ਨਹੀਂ ਰੈਡੀ ਕਰਵਾਇਆ ਤੇ ਸੇਮ ਦੋ ਫਰੌਕਸ ਇਹ ਰੈਡੀ ਹੋਈਆਂ ਹੈਗੀਆਂ ਇੱਕ ਲਵੈਂਡਰ ਕਲਰ ਚ ਹੈਗੀ ਹੈ ਤੇ ਇੱਕ ਪਿੰਕ ਕਲਰ ਚ ਆ ਦੇਖੋ ਬੈਕ ਸਾਈਡ ਵੀ ਇਸ ਤਰ੍ਹਾਂ ਹੀ ਪੂਰਾ ਘੇਰਾ ਇਹਦਾ ਪੇਂਟ ਹੋਇਆ ਹੈਗਾ ਠੀਕ ਹੈ ਜੀ ਤੇ ਪਰਪਲ ਕਲਰ ਦੀ ਵੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਸੇਮ ਡਿਜ਼ਾਈਨ ਹੈ بس ਕਲਰ ਦਾ ਹੀ ਚੇਂਜ ਹੈਗਾ ਔਰ ਲਾਵੈਂਡਰ ਦੇ ਉੱਪਰ ਡਾਰਕ ਪਰਪਲ ਦਾ ਆਪਾਂ ਕੀਤਾ ਹੈ ਤੇ ਉਹ ਪਿੰਕ ਦੇ ਉੱਪਰ ਡਾਰਕ ਪਿੰਕ ਦਾ ਇਹਦੇ ਨਾਲ ਵੀ ਓਪਨ ਜੁੱਤੀ ਹੈ ਵਿਦਆਊਟ ਦੁਪੱਟਾ ਹੈ ਠੀਕ ਹੈ ਜੀ ਸੇਮ ਡਿਜ਼ਾਈਨ ਰੈਡੀ ਹੋਇਆ ਓਕੇ ਜੀ ਬਾਕੀ ਦੱਸਿਓ ਵੀਡੀਓ ਕਿਵੇਂ ਲੱਗੀ ਡਿਜ਼ਾਈਨ ਸਾਡੇ ਤੁਹਾਨੂੰ ਕਿਵੇਂ ਲੱਗੇ ਅਗਰ ਕਿਸੇ ਨੂੰ ਵੀ ਪਸੰਦ ਆਉਂਦੇ ਸਾਡੀ ਡਿਜ਼ਾਈਨ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੇ ਬਾਕੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ